ਸਰ ਕੀ ਮਾਮਲਾ ਪੂਰਾ ਕਾਨਫਰੰਸ ਕਰ ਰਹੇ ਹੋ? ਕੌਣ ਬੰਦੇ ਨੇ ਗ੍ਰਿਫਤਾਰ ਕੀਤੇ ਨੇ ਔਰ ਮੋਟਿਵ ਕੀ ਸੀ ਇਹਨਾਂ ਦਾ? ਇਹ ਘਟਨਾ ਜਿਹੜੀ ਹੈ 19 ਫਰਵਰੀ ਦੀ ਇੱਕ ਇਨਫੋਰਮੇਸ਼ਨ ਸਾਨੂੰ ਰਿਸੀਵ ਹੋਈ ਸੀ ਕੰਟਰੋਲ ਰੂਮ ਦੇ ਉੱਪਰ ਵੀ ਇੱਕ ਜਿਹੜੇ ਕਾਲ ਕਰਨ ਵਾਲੇ ਸੀਗੇ ਉਹ ਸ਼ਿਵ ਸੈਨਾ ਹਿੰਦ ਗਰੁੱਪ ਦੇ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਕਾਲ ਕੀਤੀ ਸੀਗੀ ਅਤੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਉਹਨਾਂ ਦੇ ਉੱਪਰ ਇੱਕ ਕਾਤਲਾਨਾ ਹਮਲਾ ਹੋਇਆ ਜਿਸ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਹਦੇ ਸ਼ੋਪ ਦੇ ਉੱਪਰ ਫਾਇਰਿੰਗ ਕੀਤੀ ਹੈ ਅਤੇ ਫਾਇਰਿੰਗ ਕਰਨ ਤੋਂ ਬਾਅਦ ਉਹ ਫਰਾਰ ਹੋ ਗਏ। ਸੋ ਇਸ ਘਟਨਾ ਨੂੰ ਲੈ ਕੇ ਮਾਣਯੋਗ SSP ਸਾਹਿਬ ਵੱਲੋਂ ਇਸ ਚੀਜ਼ ਨੂੰ ਬੜਾ ਸੀਰੀਅਸਲੀ ਲਿਆ ਗਿਆ ਅਤੇ ਇਸ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਵੱਖ ਵੱਖ ਟੀਮਾਂ ਜਿਹੜੀਆਂ ਇਨਵੈਸਟੀਗੇਸ਼ਨ ਵਾਸਤੇ ਬਣਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ SHO ਕਨਾਲ ਕਲੋਨੀ ਪਾਰਸ ਚਹਿਲ ਸਬ ਇੰਸਪੈਕਟਰ ਸਾਹਿਬ ਅਤੇ CIA ਇੰਚਾਰਜ ਜਿਹੜੇ CIA 2 ਦੇ ਇੰਚਾਰਜ ਸੀਗੇ ਦੋਨਾਂ ਦੀ ਵੱਖਰੀ ਵੱਖਰੀ ਟੀਮ ਜਿਹੜੀ ਬਣਾਈ ਗਈ ਸੀਗੀ। ਤੋ ਇਹਨਾਂ ਟੀਮਸ ਨੂੰ ਜੇ ਵਰਕ ਕਰਦੇ ਹੋਏ ਸਾਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਇਸ ਦੇ ਵਿੱਚ ਇਹ ਘਟਨਾ ਨੂੰ ਬੇਨਕਾਬ ਕਰਦੇ ਹੋਏ ਅਸੀਂ 3 ਦੋਸ਼ੀਆਂ ਦੀ ਜਿਹੜੀ ਹੈਗੀ ਆਈਡੈਂਟੀਫਿਕੇਸ਼ਨ ਕੀਤੀ ਉਸ ਦੇ ਵਿੱਚੋਂ ਅਸੀਂ 2 ਦੋਸ਼ੀ ਜਿਹੜੇ ਹੈਗੇ ਨੇ ਗ੍ਰਿਫਤਾਰ ਕਰ ਲਏ ਨੇ। ਇਸ ਦੇ ਪਿੱਛੇ ਇੱਕ ਇਸ ਘਟਨਾ ਦੇ ਪਿੱਛੇ ਇੱਕ ਛੋਟੀ ਜਿਹੀ ਬੈਕਗ੍ਰਾਉਂਡ ਦੀ ਇੱਕ ਸਟੋਰੀ ਸੀਗੀ। ਸਭ ਤੋਂ ਪਹਿਲਾਂ ਜਿਹੜੇ ਮੇਨ ਦੋਸ਼ੀ ਹੈ ਮਨਿੰਦਰ ਮਣੀ ਜੋ ਕਿ ਆਪਣੇ ਆਪ ਨੂੰ ਇੱਕ ਪੱਤਰਕਾਰ ਵੀ ਦੱਸਦਾ ਹੈ ਅਤੇ ਪ੍ਰੋਪਰਟੀ ਡੀਲਰ ਵੀ ਦੱਸਦਾ ਹੈ ਅਤੇ ਇਹ ਸ਼ਿਵ ਸੈਨਾ ਹਿੰਦ ਗਰੁੱਪ ਜਿਹੜਾ ਯੂਆ ਸ਼ਿਵ ਸੈਨਾ ਹਿੰਦ ਗਰੁੱਪ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਹੈ। ਇਸ ਨੇ ਸਭ ਤੋਂ ਪਹਿਲਾਂ 15/6/2022 ਨੂੰ ਇੱਕ ਕੰਪਲੇਂਟ ਪੁਲਿਸ ਥਾਣੇ ਕਨਾਲ ਕਲੋਨੀ ਦੇ ਵਿੱਚ ਦਿੱਤੀ ਸੀਗੀ ਕਿ ਇਸ ਦੇ ਜਿਹੜੇ ਪੋਸਟਰਸ ਨੇ ਸ਼ਹਿਰ ਦੇ ਵਿੱਚ ਵੱਖ ਵੱਖ ਜਗ੍ਹਾ ਦੇ ਉੱਪਰ ਲਗਾਏ ਗਏ ਨੇ ਉਹਨਾਂ ਦੇ ਉੱਪਰ ਕ੍ਰੋਸ ਦੇ ਨਿਸ਼ਾਨ ਲਗਾਏ ਗਏ ਨੇ ਕਿ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੇਰਾ ਜਿਹੜਾ ਹੈਗਾ ਤੇਰੇ ਉੱਪਰ ਜਾਨਲੇਵਾ ਜਿਹੜਾ ਹੈਗਾ ਹਮਲਾ ਹੋ ਸਕਦਾ। ਜਿਸ ਸੰਬੰਧ ਵਿੱਚ ਥਾਣਾ ਕਨਾਲ ਕਲੋਨੀ ਦੇ ਵਿੱਚ DDR ਜਿਹੜੀ ਐਂਟਰੀ ਕੀਤੀ ਗਈ ਸੀਗੀ। ਉਸ ਤੋਂ ਬਾਅਦ 5 ਫਰਵਰੀ 2023 ਨੂੰ ਇੱਕ ਹੋਰ ਇਸਨੇ ਕੰਪਲੇਂਟ ਦਾਇਰ ਕੀਤੀ ਜਿਸ ਦੇ ਵਿੱਚ ਇਸਨੇ ਕਿਹਾ ਵੀ ਮੇਰੀ ਜਿਹੜੀ ਆਫਿਸ ਹੈ ਉਸ ਦੇ ਉੱਪਰ ਇੱਟਾਂ ਰੋੜੇ ਦੇ ਨਾਲ ਹਮਲਾ ਹੋਇਆ ਅਤੇ ਮੇਰੇ ਉੱਪਰ ਜਾਨਲੇਵਾ ਹਮਲਾ ਜਿਹੜੀ ਹੈ ਕੁਛ ਬੰਦਿਆਂ ਨੇ ਅਣਪਛਾਤੇ ਬੰਦਿਆਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜਿਸ ਸੰਬੰਧ ਦੇ ਵਿੱਚ ਥਾਣਾ ਕਨਾਲ ਕਲੋਨੀ ਦੇ ਵਿੱਚ ਇੱਕ ਵੱਖਰੀ DDR ਐਂਟਰੀ ਦਰਜ ਕੀਤੀ ਗਈ। ਉਸ ਤੋਂ ਬਾਅਦ ਮਨਿੰਦਰ ਮਣੀ ਵੱਲੋਂ ਇੱਕ ਹਾਈਕੋਰਟ ਦੇ ਵਿੱਚ ਰਿਟ ਦਾਇਰ ਕੀਤੀ ਗਈ ਜਿਸ ਦੇ ਵਿੱਚ ਇਸਨੇ ਨੇ ਇਹ ਸਾਰੇ ਬੇਸਿਸ ਦੇ ਵਿੱਚ ਲੈ ਕੇ ਇਸਨੇ ਸੁਰੱਖਿਆ ਦੀ ਮੰਗ ਕੀਤੀ ਕਿ ਮੈਨੂੰ ਜਿਹੜੀ ਹੈਗੀ ਸਿਕਿਉਰਿਟੀ ਗਾਰਡਸ ਦਿੱਤੇ ਜਾਣ। ਉਸ ਲੜੀ ਦੇ ਤਹਿਤ ਹੀ ਇਸਨੇ ਖੁਦ ਹੀ ਕਿਉਂਕਿ ਜਿਹੜੀ ਸਾਰੀਆਂ ਚੀਜ਼ਾਂ ਸੀਗੀਆਂ ਉਹ ਅੰਡਰ ਇਨਵੈਸਟੀਗੇਸ਼ਨ ਸੀਗੀਆਂ ਉਸ ਚੀਜ਼ ਨੂੰ ਪਲਾਨ ਨੂੰ ਇਹਨੇ ਅੱਗੇ ਵਧਾਉਂਦੇ ਹੋਏ 19 ਫਰਵਰੀ ਦੀ ਰਾਤ ਨੂੰ ਇਹਨੇ ਆਪਣੀ ਦੁਕਾਨ ਦੇ ਵਿੱਚ ਫਾਇਰਿੰਗ ਕਰਵਾਈ ਜਿਸ ਦੇ ਵਿੱਚ ਇਸਨੇ 2 ਬੰਦੇ ਅਵਿਸ਼ ਅਰੋੜਾ ਅਤੇ ਰਾਜੂ ਜੋ ਇਸਦੇ ਦੋਸਤ ਸੀਗੇ ਉਹਨਾਂ ਨੂੰ ਇਹਨੇ ਮੋਟਰਸਾਈਕਲ ਦੇ ਉੱਪਰ ਭੇਜਿਆ ਖੁਦ ਦੀ ਦੁਕਾਨ ਦੇ ਉੱਪਰ ਖੁਦ ਹੀ ਜਿਹੜੀ ਇਹਨੇ ਫਾਇਰਿੰਗ ਕਰਵਾ ਕੇ ਉਹਦੀ ਘਟਨਾ ਦੇ ਐਵਜ਼ ਦੇ ਵਿੱਚ ਇਹ ਹੁਣ ਕਿਉਂਕਿ ਇਹਦੀ ਪੁੱਛਗਿੱਛ ਕੀਤੀ ਹੈ ਪੁੱਛਗਿੱਛ ਦੇ ਵਿੱਚ ਇਸਨੇ ਦੱਸਿਆ ਕਿ ਇਹ ਜਿਹੜੀ ਹੁਣ ਹਾਈਕੋਰਟ ਜਾ ਕੇ ਦੁਬਾਰਾ ਪੁਲਿਸ ਦੇ ਉੱਪਰ ਕੰਟੈਂਪਟ ਪਟੀਸ਼ਨ ਫਾਈਲ ਕਰਕੇ ਸਾਡੇ ਤੋਂ ਜਿਹੜੀ ਸੁਰੱਖਿਆ ਲੈਣੀ ਚਾਹੁੰਦਾ ਸੀਗਾ। ਇਸ ਦੀ ਹੋਰ ਡੁਗਾਈ ਨਾਲ ਪੁੱਛਗਿੱਛ ਕੀਤੀ ਗਈ ਜਿਸ ਦੇ ਵਿੱਚ ਇਸਨੇ ਇਹ ਵੀ ਦੱਸਿਆ ਕਿ ਇਹਨੇ ਜਿਹੜੇ ਕਿਉਂਕਿ ਇਹਨੇ ਪਿਛਲੀ ਜਿਹੜੀ ਕੰਪਲੇਂਟਸ ਦਾਇਰ ਕੀਤੀ ਸੀ ਉਸਦੇ ਵਿੱਚ ਇਸਨੇ ਦੱਸਿਆ ਸੀ ਕਿ ਇਸਨੂੰ ਫੋਰਨਸ ਦੇ ਨੰਬਰ ਜਿਹੜੇ ਹੈਗੇ ਨੇ ਕੁਛ ਇਸਨੇ ਨੰਬਰ ਫੋਰਨ ਦੇ ਨੰਬਰ ਜਨਰੇਟ ਕਰਕੇ ਵਰਚੁਅਲ ਨੰਬਰ ਜਨਰੇਟ ਕਰਕੇ ਖੁਦ ਨੂੰ ਹੀ ਕਾਲ ਕਰਵਾਈ ਸੀਗੀ। ਉਹਦੇ ਬੇਸਿਸ 'ਤੇ ਵੀ ਇਸਨੇ ਕਿਹਾ ਸੀ ਕਿ ਕਿਉਂਕਿ ਮੈਂ ਫੇਸਬੁੱਕ ਦੇ ਉੱਪਰ ਜਿਹੜਾ ਹੈਗਾ ਖਾਲਿਸਤਾਨ ਹਾਰਡਲਾਈਨਰ ਦੇ ਖਿਲਾਫ਼ ਬੋਲਦਾ ਇਸ ਕਰਕੇ ਜਿਹੜੀ ਹੈਗੀ ਮੈਨੂੰ ਬਾਹਰ ਦੇ ਫੋਰਨ ਦੇ ਨੰਬਰਾਂ ਦੇ ਉੱਤੇ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਵਾਰ ਵਾਰ ਅਤੇ ਵਾਰ ਵਾਰ ਸਿਕਿਉਰਿਟੀ ਦੀ ਮੰਗ ਕਰਦਾ ਸੀਗਾ। ਸੋ ਇਸ ਨੂੰ ਅੱਗੇ ਹੋਰ ਡੂੰਘਾਈ ਨਾਲ ਤਫਤੀਸ਼ ਕਰਨ ਤੋਂ ਇਹ ਪਾਇਆ ਗਿਆ ਵੀ ਜਿਹੜੀ ਇਹ ਸਿਕਿਉਰਿਟੀ ਦੀ ਮੰਗ ਕਰ ਰਿਹਾ ਸੀਗਾ ਇਸ ਦਾ ਮੇਨ ਪਰਪਸ ਸੀਗਾ ਕਿਉਂਕਿ ਇਹ ਪ੍ਰੋਪਰਟੀ ਡੀਲਿੰਗ ਦਾ ਕੰਮ ਵੀ ਕਰਦਾ ਸੀਗਾ। ਤੋ ਇਸ ਚੀਜ਼ ਨੂੰ ਲੈ ਕੇ ਇਹ ਉਹਨਾਂ ਪ੍ਰੋਪਰਟੀ ਡੀਲਿੰਗ ਦੇ ਵਿੱਚ ਜਿਹੜੀ ਹੈਗੀ ਇਸ ਚੀਜ਼ ਨੂੰ ਯੂਜ਼ ਕਰਨਾ ਚਾਹੁੰਦਾ ਸੀ ਕਿ ਗਨਮੈਨ ਨਾਲ ਲੋਕਾਂ ਦੇ ਉੱਪਰ ਰੋਹ ਪੈਂਦਾ ਉਸ ਚੀਜ਼ ਨੂੰ ਦਿਖਾ ਕੇ ਅਤੇ ਲੋਕਾਂ ਨੂੰ ਇੱਕ ਇਹਦਾ ਪਰਪਸ ਹੋਰ ਵੀ ਸੀਗਾ ਕਿਉਂਕਿ ਕੁਛ ਚੀਜ਼ਾਂ ਸਾਹਮਣੇ ਆਈਆਂ ਜਿਹਦੇ ਵਿੱਚ ਆਇਆ ਵੀ ਕੁਛ ਲੋਕਾਂ ਨੇ ਬਲੈਕਮੇਲ ਵੀ ਕਰ ਰਿਹਾ ਸੀਗਾ ਕਿਉਂਕਿ ਆਪਣੇ ਆਪ ਨੂੰ ਫਰਜ਼ੀ ਪੱਤਰਕਾਰ ਦੱਸਦਾ ਸੀਗਾ ਉਸ ਫਰਜ਼ੀ ਪੱਤਰਕਾਰ ਦੇ ਐਵਜ਼ ਦੇ ਵਿੱਚ ਲੋਕਾਂ ਨੂੰ ਬਲੈਕਮੇਲ ਕਰ ਰਿਹਾ ਸੀਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਇਹ ਲੈ ਕੇ ਖੁਦ ਨੂੰ ਜਿਹੜੀ ਇਹ ਸਾਰੀਆਂ ਇੰਸੀਡੈਂਟਸ ਇਹਨੇ ਕੀਤੇ ਅਤੇ ਹੁਣ ਵਾਲੇ ਜਿਹੜੀ ਨੇ ਵਾਰਦਾਤ
ਜਿਹਦੇ ਵਿੱਚ ਇਹਨੇ ਆਪਣੀ ਦੁਕਾਨ ਦੇ ਉੱਪਰ ਫਾਇਰਿੰਗ ਕਰਵਾਈ ਹੈ। ਇਹਦਾ ਮੁੱਖ ਪਰਪਸ ਸੀਗਾ ਗਨਮੈਨ ਹਾਸਲ ਕਰਨਾ। ਸੋ ਇਸ ਦੇ ਵਿੱਚ ਥਾਣਾ ਕਨਾਲ ਕਲੋਨੀ ਦੀ ਜਿਹੜੀ ਟੀਮ ਹੈ ਸਬ ਇੰਸਪੈਕਟਰ ਪਾਰਸ ਚਹਿਲ ਅਤੇ CIA 2 ਦੀ ਟੀਮ ਨੇ ਮਾਣਯੋਗ SSP ਸਾਹਿਬ ਦੀ ਗਾਈਡੈਂਸ ਦੇ ਵਿੱਚ ਬੜੀ ਵਧੀਆ ਮਿਹਨਤ ਕੀਤੀ ਅਤੇ ਇਹਨਾਂ ਜੋ ਇਸ ਘਟਨਾ ਨੂੰ ਬੇਨਕਾਬ ਕੀਤਾ ਅਤੇ ਇਹਦੇ ਵਿੱਚ 3 ਦੇ ਵਿੱਚ ਅਸੀਂ 2 ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲਏ ਗਏ। ਮਾਸਟਰ ਮਾਇੰਡ ਜਿਹੜਾ ਮਨਿੰਦਰ ਮਣੀ ਹੈ, ਇਸ ਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਨਾਲ ਹੀ ਜਿਹੜਾ ਹੈਗਾ ਤੀਜਾ ਦੋਸ਼ੀ ਹੈ ਰਾਜੂ ਹੈ, ਉਹਨੂੰ ਵੀ ਜਿਹੜੀ ਸਾਡੀ